ਦੇਸ਼ ਮਿਹਰੇ ਦੇ ਬੰਦੇ ਐਸੇ ਜਿਉਂਦਿਆਂ ਨੂੰ ਤਾਂ ਛੱਡਦੇ ਨਹੀਂ ਮੁਰਦਿਆਂ ਤੋਂ ਵੀ ਕਮਾਵਣ ਪੈਸੇ ਕੰਪਨੀ ਦੀ ਸਟ੍ਰੈਟਜੀ ਦੇਖੋ ਉਹਨਾਂ ਨੇ ਸਾਫ਼-ਸਾਫ਼ ਜਵਾਬ ਲਿਖਿਆ ਹੋਇਆ ਜੀ ਕਿ ਦੇਖੋ ਜਿਹੜਾ ਅਗਰ ਤੁਸੀਂ ਮੰਗਾਣਾ ਤੁਸੀਂ ਨਹੀਂ ਮੰਗਾ ਸਕਦੇ ਇਸ ਨੂੰ ਤੁਹਾਡੇ ਕੋਈ ਫੈਮਿਲੀ ਵਾਲਾ ਕਨਸਿਡਰ ਕਰੂਗਾ ਅੱਗੇ ਇਹ ਹੁੰਦਾ ਸੀਗਾ ਵੀ ਇਹ ਭਾਈ ਫਲਾਣਾ ਰਿਸ਼ਤੇਦਾਰ ਸਾਡੀ ਭੂਆ ਹੈ ਸਾਡਾ ਫੁੱਫੜ ਸਾਡਾ ਮਾਸੜ ਉਹ ਦੂਰੋਂ ਆ ਰਿਹਾ ਤੀਏ ਦਿਨ ਸੰਸਕਾਰ ਹੋਊਗਾ ਹੁਣ ਕੀ ਆਪਾਂ ਇਹ ਕਹੇ ਕਰੂਗੇ ਵੀ ਯਾਰ ਅਸੀਂ ਆਨਲਾਈਨ ਅਰਥ ਹੀ ਮਗਾਈ ਹੋਈ ਐ ਇਸ ਕਰਕੇ ਮੁਰਦਾ ਰੱਖਿਆ ਹੋਇਆ 3 ਦਿਨ ਸੰਸਕਾਰ ਕਰਾਂਗੇ। ਕੋਈ ਇੱਕ ਸਾਈਟ ਤੇ ਆਪਾਂ ਨੇ ਦੇਖੀ ਆਨਲਾਈਨ ਤੇ ਬੱਕ ਬੱਕ ਸਾਈਟਸ ਹੈਗੀਆਂ ਕਿੰਨੀਆਂ ਆਨਲਾਈਨ ਹੈਗੀਆਂ ਸਾਈਟਸ ਤੇ ਉਹ ਮੇਰੇ ਖਿਆਲ ਦੇ ਨਾਲ ਇਹ ਆਪਣੀ ਵੇਚਣ ਦੇ ਲਈ ਕਿਤੇ ਇਹ ਨਾ ਕਹਿਣ ਲੱਗ ਜਾਣ ਬਈ ਜੇ ਤੁਸੀਂ ਸਾਡੇ ਵਾਲੀ ਸਮੱਗਰੀ ਮੁਰਦੇ ਦੇ ਉੱਤੇ ਪਾਈਏ ਸਿੱਧਾ ਸਵਰਗਾਂ ਨੂੰ ਜਾਏਗਾ। ਆਨਲਾਈਨ ਮਾਰਕੀਟਿੰਗ ਦਾ ਰੁਖ ਕਿੱਧਰ ਨੂੰ ਜਾ ਰਿਹਾ ਹੈ ਔਰ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਸਹੂਲਤਾਂ ਮਿਲ ਰਹੀਆਂ ਨੇ ਔਰ ਕਿਹੋ-ਕਿਹੋ ਜਿਹੀਆਂ ਜਿਹੜੀਆਂ ਸਹੂਲਤਾਂ ਨੇ ਇਸ ਵੇਲੇ ਉਹ ਮਿਲ ਰਹੀਆਂ ਨੇ ਇਸ ਗੱਲ ਦੀ ਉਦਾਹਰਣ ਤਾਜ਼ਾ ਉਦਾਹਰਣ ਹੈ ਜਿਹੜੀ ਉਹ ਆਨਲਾਈਨ ਅੰਤਿਮ ਸੰਸਕਾਰ ਕਿਟ ਤੋਂ ਮਿਲ ਰਹੀ ਹੈ ਸੋ ਇਸ ਕਿਟ ਦੇ ਜ਼ਰੀਏ ਲੋਕਾਂ ਨੂੰ ਬੈਠੇ ਬਿਠਾਏ ਘਰਾਂ ਦੇ ਵਿੱਚ ਜਿਹੜਾ ਅੰਤਿਮ ਸੰਸਕਾਰ ਦਾ ਜਿਹੜਾ ਸਮਾਨ ਮਿਲਣ ਜਾ ਰਿਹਾ ਹੈ ਪਰ ਇਹ ਇੱਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਲੋਕ ਬੜੇ ਅਜੀਬ ਅਜੀਬ ਸਵਾਲ ਉਸ ਤੋਂ ਬਾਅਦ ਜਿਹੜੇ ਪੁੱਛ ਰਹੇ ਨੇ ਸਾਡੇ ਨਾਲ ਪੂਰੇ ਮਾਮਲੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਬੜੇ ਸੀਨੀਅਰ ਪੱਤਰਕਾਰ ਜਗਦੀਪ ਸਿੰਘ ਥਲੀ ਮੌਜੂਦ ਨੇ ਥਲੀ ਜੀ ਆਨਲਾਈਨ ਸਮਾਨ ਵਿਗਦਾ ਸੁਣਿਆ ਸੀ ਚੂੜੀਆਂ ਕੰਗਣ ਹੋਰ ਬਹੁਤ ਸਾਰੀ ਆਮ ਜ਼ਰੂਰਤਾਂ ਦਾ ਸਮਾਨ ਤੇ ਹੁਣ ਆਨਲਾਈਨ ਅੰਤਿਮ ਸੰਸਕਾਰ ਦੀ ਕਿੱਟ ਵੀ ਮਿਲਣ ਲੱਗੀ ਹੈ ਜੀ ਬਹੁਤ ਇੱਕ ਇਹਨੂੰ ਕਹਿ ਲਈ ਨਿਗਾਰ ਕਹਿ ਲਈ ਜਾਂ ਫਿਰ ਅਪਾ ਇਹਦੇ ਤੇ ਹਸੀਏ ਜਾਂ ਇਹਦੇ ਤੇ ਇਕ ਅਫਸੋਸ ਦੇ ਨਾਲ ਅਸੀਂ ਅੱਜ ਗੱਲਬਾਤ ਕਰੀਏ ਸਮਝ ਨਹੀਂ ਆ ਰਹੀ ਕਿਉਂਕਿ ਗੱਲ ਹੀ ਅਜਿਹੀ ਹੈਗੀ ਆ ਬਈ ਆਪਾਂ ਇੱਕ ਕਹਿ ਲਈਏ ਬਈ ਦੇਸ਼ ਮਿਹਦੇ ਬੰਦੇ ਐਸੇ ਜਿਉਂਦਿਆਂ ਨੂੰ ਤਾਂ ਛੱਡਦੇ ਨਹੀਂ ਮੁਰਦਿਆਂ ਤੋਂ ਵੀ ਕਮਾਵਣ ਪੈਸੇ ਹੁਣ ਮੁਰਦਿਆਂ ਨੂੰ ਵੀ ਆਪਾਂ ਜਿਹੜੇ ਲੋਕ ਮਰ ਜਾਂਦੇ ਨੇ ਜਾਂ ਫਿਰ ਮਰਨ ਵਾਲੇ ਨੇ ਹੁਣ ਇਹ ਇੱਥੇ ਸਮੱਗਰੀ ਵਿਕਰੀ ਹੈ ਹੁਣ ਇਹ ਸਮੱਗਰੀ ਜਿਹੜੀ ਹੈਗੀ ਆ ਉਹਦੇ ਵਿੱਚ ਇੱਕ ਅਰਥੀ ਵੀ ਦਿਖਾਈ ਗਈ ਹੈ ਉਹਦੇ ਵਿੱਚ ਕੁਝ ਹੋਰ ਸਮੱਗਰੀ ਵੀ ਦਿਖਾਈ ਗਈ ਜਿਹੜੀ ਮੁਰਦੇ ਦੇ ਉੱਤੇ ਪੈਂਦੀ ਹੈ ਹੁਣ ਜੇ ਕੋਈ ਘਰ ਦੇ ਵਿੱਚ ਬਿਮਾਰ ਪਿਆ ਬਈ ਇਹੇ ਅਸੀਂ ਉਦੋਂ ਹੀ ਮੰਗਾ ਲਈਏ ਜੇ ਪਹਿਲਾਂ ਮੰਗਾ ਲੈਂਦੇ ਆ ਫਿਰ ਬਿਮਾਰ ਨੇ ਕਹਿਣਾ ਵੀ ਯਾਰ ਇਹ ਤਾਂ ਮੇਰੇ ਮਰਨ ਦੀ ਆਸ ਲਈ ਬੈਠੇ ਆ ਇਹਨਾਂ ਨੇ ਪਹਿਲਾਂ ਹੀ ਮੰਗਵਾ ਲਈ ਹੈਗੀ ਇਹ ਸਾਰੀ ਸਮਗਰੀ ਤੇ ਜੇ ਮਰਨ ਤੋਂ ਬਾਅਦ ਮੰਗਵਾਉਂਦੇ ਆ ਕਿਉਂਕਿ ਅੱਗੇ ਇਹ ਹੁੰਦਾ ਸੀਗਾ ਵੀ ਇਹ ਬਈ ਫਲਾਣਾ ਰਿਸ਼ਤੇਦਾਰ ਸਾਡੀ ਭੂਆ ਸਾਡਾ ਫੁੱਫੜ ਸਾਡਾ ਮਾਸੜ ਉਹ ਦੂਰੋਂ ਆ ਰਿਹਾ ਤੀਏ ਦਿਨ ਸੰਸਕਾਰ ਹੋਊਗਾ ਹੁਣ ਕੀ ਆਪਾਂ ਇਹ ਕਹੇ ਕਰੂਗੇ ਵੀ ਯਾਰ ਅਸੀਂ ਆਨਲਾਈਨ ਅਰਥੀ ਮਗਾਈ ਹੋਈ ਹੈ ਇਸ ਕਰਕੇ ਮੁਰਦਾ ਰੱਖਿਆ ਹੋਇਆ ਹੈ ਇਹ ਦਿਨ ਸੰਸਕਾਰ ਕਰਾਂਗੇ ਆਨਲਾਈਨ ਜਿਹੜੀ ਹੈਗੀ ਆਰਥੀ ਆਉਣ ਤੋਂ ਬਾਅਦ ਹੀ ਸੋ ਇਹ ਗੱਲਾਂ ਜਿਹੜੀਆਂ ਹੈਗੇ ਕਾਫੀ ਮੇਰੇ ਹਿਸਾਬ ਦੇ ਨਾਲ ਐਵੇਂ ਨਹੀਂ ਹੋਣਾ ਚਾਹੀਦਾ ਨਹੀਂ ਬੜੀਆਂ ਅਜੀਬ ਅਜੀਬ ਜਿਹੜੀਆਂ ਸਵਾਲ ਵੀ ਲੋਕ ਪੁੱਛ ਰਹੇ ਨੇ ਆਨਲਾਈਨ ਜਿਹੜੀ ਵਿੱਚ ਵਿਕਰੀ ਹੋ ਰਹੀ ਹੈ ਉਹਨਾਂ ਦੇ ਪੁੱਛ ਰਹੇ ਨੇ ਕਿ ਜੀ ਜੇ ਬਾਈ ਚਾਂਸ ਖੁਦਾਨਾ ਖਾਸਾ ਕੁਝ ਮਾੜੀ ਕੱਟਣਾ ਵਾਪਰਦੀ ਹੈ ਮੈਂ ਕਿਵੇਂ ਮੰਗਵਾਉਂਗਾ ਸਮਾਨ ਹਾਂ ਬਿਲਕੁਲ ਉਹ ਬੰਦਾ ਕਹਿ ਰਿਹਾ ਵੀ ਮੈਂ ਖੁਦ ਮਗਵਾਵਾਂ ਜਾਂ ਫਿਰ ਕੋਣ ਮਗਵਾਏ ਹਨਾ ਲੇਕਿਨ ਉਸ ਤੋਂ ਬਾਅਦ ਤੁਸੀਂ ਕੰਪਨੀ ਦੀ ਸਟ੍ਰੈਟਜੀ ਦੇਖੋ ਉਹਨਾਂ ਨੇ ਸਾਫ਼-ਸਾਫ਼ ਜਵਾਬ ਲਿਖਿਆ ਹੋਇਆ ਜੀ ਕਿ ਦੇਖੋ ਜਿਹੜਾ ਅਗਰ ਤੁਸੀਂ ਮਗਵਾਣਾ ਤੁਸੀਂ ਨਹੀਂ ਮਗਾ ਸਕਦੇ ਇਸ ਨੂੰ ਤੁਹਾਡੇ ਕੋਈ ਫੈਮਿਲੀ ਵਾਲਾ ਕਨਸਿਡਰ ਕਰੂਗਾ ਹਾਂ ਬ੍ਰਾਂਡਡ ਹੈ ਮੈਨੂੰ ਲੱਗਦਾ ਵੀ ਇਹ ਹੌਲੀ-ਹੌਲੀ ਜਦੋਂ ਦੇਖਦੇ-ਦੇਖਦੇ ਇਹ ਇੱਥੋਂ ਤੱਕ ਕਹਿਣ ਲੱਗ ਜਾਣਗੇ ਵੀ ਜਿਹੜੀ ਸਾਡੀ ਸਮੱਗਰੀ ਹੈ ਹੁਣ ਇੱਕ ਸਾਈਡ ਤੇ ਆਪਾਂ ਨੇ ਦੇਖੀ ਆਨਲਾਈਨ ਤੇ ਵੱਕਵੱਕੋ ਸਾਈਟਸ ਹੈਗੀਆਂ ਕਿੰਨੀਆਂ ਆਨਲਾਈਨ ਹੈਗੀਆਂ ਸਾਈਟਸ ਤੇ ਉਹ ਮੇਰੇ ਖਿਆਲ ਦੇ ਨਾਲ ਇਹ ਆਪਣੀ ਵੇਚਣ ਦੇ ਲਈ ਕਿਤੇ ਇਹ ਨਾ ਕਹਿਣ ਲੱਗ ਜਾਣ ਬਈ ਜੇ ਤੁਸੀਂ ਸਾਡੇ ਵਾਲੀ ਸਮੱਗਰੀ ਮੁਰਦੇ ਦੇ ਉੱਤੇ ਪਾਈਏ ਸਿੱਧਾ ਸਵਰਗਾਂ ਨੂੰ ਜਾਏਗਾ ਸੋ ਤਾਂ ਕਾਫੀ ਵੱਡੇ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਸਵਾਲ ਨੇ ਔਰ ਕਾਫੀ ਇਹ ਬੜਿਆ ਹਾਸਾ ਬੜਾ ਖਿਲਾਰਾ ਪਿਆ ਹੋਇਆ ਆਨਲਾਈਨ ਤੇ ਔਰ ਉਹਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਕਿਹੜੀ ਕਿਹੜੀ ਸਮਗਰੀ ਲਗਭਗ 38 ਕਿਸਮ ਦੀ ਉਹਨਾਂ ਨੇ ਸਮਗਰੀ ਦੱਸੀ ਹੈ A ਤੋਂ Z ਜਿਹੜਾ ਵੀ ਇੱਕ ਸਸਕਾਰ ਦੇ ਵਿੱਚ ਔਰ ਇੱਕ ਨੇ ਬੜਾ ਵਧੀਆ ਸਵਾਲ ਪੁੱਛਿਆ ਹੋਇਆ ਕਿ ਜੀ ਸਾਨੂੰ ਇਹ ਦੱਸੋ ਇਹ ਜਿਹੜਾ ਇਹ ਦੱਸਿਆ ਜਾਵੇ ਕਿ ਇਹ ਲੱਕੜ ਇਨਕਲੂਡ ਹੈ ਇਹਦੇ ਵਿੱਚ ਹਾਂ ਕਿਉਂਕਿ ਲੋਕਾਂ ਨੇ ਸਵਾਲ ਵੀ ਚਲੋ ਬਾਜੀਬ ਨੇ ਇਹ ਤਾਂ ਕਿਹਾ ਜਾ ਸਕਦਾ ਸੀਗਾ ਵੀ ਚਲੋ ਜਿੱਥੇ ਸਮਗਰੀ ਨਹੀਂ ਮਿਲਦੀ ਉੱਥੇ ਆਪਾਂ ਉਹਨਾਂ ਥਾਵਾਂ ਦੇ ਉੱਤੇ ਪਹੁੰਚਾ ਸਕਦੇ ਆ ਜਾਂ ਫਿਰ ਕਿਉਂਕਿ ਇੰਡੀਆ ਦੇ ਵਿੱਚ ਤਾਂ ਪੂਰੇ ਇੰਡੀਆ ਦੇ ਵਿੱਚ ਅਵੇਲੇਬਲ ਹੈਗੀਆਂ ਦੁਕਾਨਾਂ ਹੈਗੀਆਂ ਜੇ ਬਾਹਰ ਕੋਈ ਰਹਿੰਦੇ ਨੇ ਹੁਣ ਤਾਂ ਬਾਹਰ ਵੀ ਲੋਕ ਆਪਣੇ ਇੰਡੀਅਨ ਸਟੋਰ ਹੋ ਗਏ ਨੇ ਸੋ ਲੋੜ ਨਹੀਂ ਹੈਗੀ ਜੀ ਆਨਲਾਈਨ ਅਜਿਹੇ ਕੰਮ ਕਰਨ ਦੀ ਕਿਉਂਕਿ ਇਹਦੇ ਨਾਲ ਜਿੱਥੇ ਕਾਸਿਬ ਜੀ ਚਲੋ ਇਹ ਹਾਸੇ ਵਾਲੀ ਗੱਲ ਤੇ ਹੈਗੀ ਆ ਪਰ ਇਹਦੇ ਨਾਲ ਸਾਡੀ ਨੈਤਿਕਤਾ ਤੇ ਸਾਡਾ ਸਮਾਜਿਕ ਪੱਖ ਕਿੰਨਾ ਅਸੀਂ ਸਮਾਜਿਕ ਤੌਰ ਤੇ ਡਿੱਗ ਚੁੱਕੇ ਆ ਇਹ ਇੱਕ ਵੱਡਾ ਨਿਗਾਰਾ ਹੈਗਾ ਉਸ ਤੋਂ ਪਤਾ ਲੱਗਦਾ ਵੀ ਅਸੀਂ ਪੈਸਾ ਕਮਾਉਣ ਦੇ ਲਈ ਮੁਰਦਿਆਂ ਤੱਕ ਨੂੰ ਨਹੀਂ ਛੱਡ ਰਹੇ ਮੇਰੇ ਖਿਆਲ ਦੇ ਨਾਲ ਇਹ ਹੌਲੀ ਹੌਲੀ ਇਹ ਕਹਿਣ ਲੱਗ ਜਾਣਗੇ ਵੀ ਜੇ ਭਾਈ ਤੁਸੀਂ ਅੱਜ ਅਸੀਂ ਇਹ ਸਾਰੀ ਸਮੱਗਰੀ ਆਰਥੀ ਤੁਸੀਂ ਸਾਤੋਂ ਖਰੀਦੋ ਅਸੀਂ 50% ਡਿਸਕਾਊਂਟ ਦੇ ਰਹੇ ਹਾਂ ਇਸ ਦੇ ਉੱਤੇ ਜਾਂ ਫਿਰ ਇਹ ਵੀ ਕਹਿਣ ਲੱਗ ਜਾਣਗੇ ਵੀ ਇੱਕ ਦੇ ਨਾਲ ਇੱਕ ਫ੍ਰੀ ਵੀ ਅੱਜ ਦਾਦਾ ਜੀ ਮਰੇ ਨੇ ਜੇ ਤਦ ਦਾਦੀ ਦੀ ਚੜਾਈ ਵੇਲੇ ਵੀ ਜੇ ਤੁਹਾਡੀ ਦਾਦੀ ਵੀ ਹੈਗੇ ਨੇ ਤਾਂ ਅਗਲੀ ਵਾਰ ਉਹਨਾਂ ਨੂੰ ਕਿਟਨ ਸਾਹਮਣੇ ਰੱਖ ਲਓ ਅਗਲੀ ਦਾਦੀ ਦੇ ਬਾਅਦ ਨੁ ਕਰਿਆ ਕਰਦੇ। ਜੀ ਜੋ ਤੁਸੀਂ ਜ਼ਰਾ ਦ੍ਰਿਸ਼ ਦੇਖੋ ਕਿ ਕਿਸੇ ਵੇਲੇ ਹੁੰਦਾ ਸੀ ਜਦੋਂ ਸੰਸਕਾਰ ਆੰਤਮ ਸੰਸਕਾਰ ਹੋਣ ਨੂੰ ਬਿਲਕੁਲ ਤਿਆਰ ਪਿਆ ਜਦੋਂ ਆਪਣੇ ਪਰਿਵਾਰਾਂ ਦੇ ਵਿੱਚੋਂ ਜਾਂ ਆਪਣੇ ਕਿਸੇ ਦੂਰ ਦਰਅ ਦਰ ਰਿਸ਼ਤੇਦਾਰੀਆਂ ਦੇ ਵਿੱਚੋਂ ਦੋਸਤੀ ਦੇ ਸਬੰਧਾਂ ਦੇ ਵਿੱਚੋਂ ਕੋਈ ਡੈਥ ਹੋ ਜਾਂਦੀ ਸੀ ਤਾਂ ਉੱਥੇ ਲੋਕ ਉਡੀਕਦੇ ਹੁੰਦੇ ਸੀ ਕਿ ਜੀ ਭੂਆ ਆ ਰਹੀ ਹੈ ਜਾਂ ਫੁੱਫੜ ਆ ਰਿਹਾ ਹੈ। ਤੁਸੀਂ ਉਹ ਦ੍ਰਿਸ਼ ਦ੍ਰਿਸ਼ ਨੇ ਉਹ ਇਮੇਜਿਨ ਕਰੋ ਕਿ ਸੰਸਕਾਰ ਕਰਨ ਨੂੰ ਪਿਆ ਕਿ ਲੋਕ ਡਿਲੀਵਰੀ ਬੋਏ ਨੂੰ ਉਡੀਕ ਰਹੇ ਨੇ। ਹਾਂ ਬਿਲਕੁਲ ਸਹੀ ਗੱਲ ਹੈ ਇਹ ਗੱਲਾਂ ਸਹੀ ਹੋਣੀਆਂ ਵੀ ਕਿਉਂਕਿ ਇੱਕੋ ਵਾਰ ਇੱਕਦਮ ਤਾਂ ਆ ਨਹੀਂ ਜਾਂਦੀਆਂ ਇਹ ਚੀਜ਼ਾਂ ਇਹ ਹੌਲੀ ਹੌਲੀ ਜਦੋਂ ਆਪਾਂ ਮਗਾਉਂਦੇ ਆ ਆਰਡਰ ਕਰਦੇ ਆ ਕੁਝ 24 ਘੰਟੇ ਦੇ ਵਿੱਚ ਆਉਂਦੀ ਹੈ ਕੁਝ ਕੋਈ 48 ਘੰਟੇ ਵੀ ਲੱਗ ਜਾਂਦੇ ਕਈ ਚੀਜ਼ਾਂ ਨੂੰ ਸੋ ਇਹ ਗੱਲ ਜ਼ਰੂਰ ਇਹ ਹੋएगी ਉਦੋਂ ਵੀ ਹਾਂਜੀ ਵੇਟ ਕਰ ਰਿਹਾ ਜੀ ਉਹ ਬੰਦਾ ਅਜੇ ਤੱਕ ਆਇਆ ਨਹੀਂ ਜੀ ਫੋਨ ਕਰ ਰਿਹਾ ਵਾਰੀ ਵਾਰੀ ਵੀ ਹਾਂਜੀ ਬਾਈ ਕਿੱਥੇ ਆ ਗਿਆ ਅ ਅਰਥੀ ਲੈ ਕੇ ਕਿੱਥੇ ਪਹੁੰਚੇ ਹੋ ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਵੱਡੀ ਮੇਰੇ ਹਿਸਾਬ ਦੇ ਨਾਲ ਕਾਫੀ ਸੋ ਚਲੋ ਇਹ ਇੱਕ ਅਲੱਗ ਗੱਲ ਹੈ ਜਿਹੜੀ ਆਪਾਂ ਨੇ ਅੱਜ ਡਿਸਕਸ ਕੀਤੀ ਹੈ ਲੇਕਿਨ ਜਿਹੜਾ ਸਾਡਾ ਅੱਜ ਇਸ ਚੀਜ਼ ਨੂੰ ਉਭਾਰਨ ਦਾ ਅਹਿਮ ਜਿਹੜਾ ਮੁੱਦਾ ਸੀ ਉਹ ਇਹ ਹੈ ਕਿ ਅਸੀਂ ਸਮਾਜਿਕ ਪੱਖੋਂ ਸਾਡੇ ਸਮਾਜਿਕ ਜਿਹੜਾ ਤਾਣਾ ਬਾਣਾ ਕਿਸ ਹੱਦ ਤੱਕ ਖਿਲ ਰਿਆ ਪਿਆ ਹੈ ਕਿ ਅਸੀਂ ਜਿਹੜਾ ਆਨਲਾਈਨ ਸਮਗਰੀ ਮੰਗਾਣੇ ਆ ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਜੋ ਸਾਡਾ ਸਾਕਾ ਸੰਬੰਧੀ ਹੈ ਰਿਸ਼ਤੇਦਾਰ ਜਾਂ ਦੋਸਤ ਦਾ ਕੋਈ ਰਿਸ਼ਤੇਦਾਰ ਉਹ ਇਸ ਦੁਨੀਆ ਤੋਂ ਕੋਚ ਕਰ ਗਿਆ ਇੰਤਕਾਲ ਕਰ ਗਿਆ ਪਰਦਾ ਕਰ ਗਿਆ ਉਸ ਦੇ ਲਈ ਸਹੀ ਤਰੀਕੇ ਨਾਲ ਸਮਾਂ ਕੱਢ ਲਿਆ ਸੋ ਤੁਹਾਨੂੰ ਨਹੀਂ ਲੱਗਦਾ ਕਿ ਇਹ ਸਮਾਜਿਕ ਤਾਣੇ ਬਾਣੇ ਵਿੱਚ ਆਇਆ ਨਿਗਾਰ ਹੈ ਬਿਲਕੁਲ ਕਾਸਿਫ ਜੀ ਉਸ ਤੋਂ ਪਹਿਲੇ ਵੀ ਮੈਂ ਸਟਾਰਟਿੰਗ ਦੇ ਵਿੱਚ ਇਹ ਗੱਲ ਕੀਤੀ ਸੀ ਕਿ ਕਿਤੇ ਨਾ ਕਿਤੇ ਅਸੀਂ ਨੈਤਿਕ ਪੱਖੋਂ ਕਿਸੇ ਨਾ ਕਿਸੇ ਤਰ੍ਹਾਂ ਪਾਸ ਸਮਾਜਿਕ ਪੱਖੋਂ ਵੱਡੇ ਤੌਰ ਤੇ ਕਿਉਂਕਿ ਸਾਡੇ ਲਈ ਨਾ ਸਾਰਾ ਕੁਝ ਅਸੀਂ ਪੈਸੇ ਨੂੰ ਅਹਿਮੀਅਤ ਦੇ ਦਿੱਤੀ ਹੋਈ ਹੈ ਹੁਣ ਸਾਡੀ ਸੋਚ ਦੇ ਵਿੱਚ ਪਹਿਲੇ ਤਾਂ ਇਹ ਹੁੰਦਾ ਸੀ ਵੀ ਜਿਉਂਦੇ ਬੰਦੇ ਨੂੰ ਯਾਰ ਕਿਵੇਂ ਲੁੱਟੀਏ ਮੈਂ ਤਾਂ ਲੁੱਟ ਹੀ ਕਮਾਂਗਾ ਜੇ ਅਗਰ ਐਸੀਆਂ ਗੱਲਾਂ ਸਾਹਮਣੇ ਆਉਂਦੀਆਂ ਤਾਂ ਫਿਰ ਜੂੰਦਿਆਂ ਨੂੰ ਵੀ ਲੁੱਟੀ ਰਹੇ ਨੇ ਆਨਲਾਈਨ ਦੀ ਉਹ ਕਰਕੇ ਮੈਂ ਕਿਸੇ ਕਿਸੇ ਦੇ ਉਹ ਨਹੀਂ ਕਰਦਾ ਜੇ ਠੀਕ ਹੈ ਪੈਸਾ ਕਮਾਉਣ ਦਾ ਸਾਧਨ ਹੈਗਾ ਪਰ ਜਦੋਂ ਸਾਡੀ ਸੋਚ ਦੇ ਵਿੱਚ ਇੱਥੋਂ ਤੱਕ ਨਿਘਾਰ ਆ ਗਿਆ ਵੀ ਅਸੀਂ ਮੁਰਦੇ ਤੋਂ ਵੀ ਕਿਵੇਂ ਪੈਸਾ ਕਮਾਈਏ ਯਾਰ ਆਪਾਂ ਇਹ ਸੋਚਣ ਲੱਗੇ ਤਾਂ ਸਾਡੇ ਰਿਸ਼ਤਿਆਂ ਦੇ ਵਿੱਚ ਸਾਡੇ ਸਮਾਜਿਕ ਪੱਖ ਦੇ ਵਿੱਚ ਸਾਡੇ ਨੈਤਿਕ ਪੱਖ ਦੇ ਵਿੱਚ ਨਿਘਾਰ ਆ ਚੁੱਕਿਆ ਸਮਝੋ ਇਸ ਦੇ ਨਾਲ ਸਾਡੀ ਆਉਣ ਵਾਲੀ ਪੀੜ੍ਹੀ ਤੇ ਕੀ ਅਸਰ ਪੈਣ ਵਾਲਾ ਹੈ ਜਾਂ ਸਾਡੇ ਰਿਸ਼ਤਿਆਂ ਦੇ ਵਿੱਚ ਕੀ ਅਸਰ ਪੈਣ ਵਾਲਾ ਉਹ ਕਿਹਾ ਨਹੀਂ ਜਾ ਸਕਦਾ ਕਿ ਕਿੱਡੀ ਵੱਡੀ ਤਬਾਹੀ ਹੋਣ ਵਾਲੀ ਹੈ ਇਹ ਇਹਨਾਂ ਦੇ ਉੱਤੇ ਜੇ ਹੁਣ ਆਵਾਜ਼ ਨਾ ਉਠਾਈ ਕਸਬ ਜੀ ਤਾਂ ਅਸੀਂ ਹੁਣ ਵੀ ਮਜ਼ਾਕ ਦੇ ਲੈਜ਼ਰ ਦੇ ਵਿੱਚ ਹੀ ਬੋਲਦੇ ਰਹੇ ਤਾਂ ਮੇਰੇ ਹਿਸਾਬ ਦੇ ਨਾਲ ਸੀ ਪਰ ਆ ਦੇਸ਼ ਦਾ ਬੇੜਾਗਰ ਕੋ ਹੁਣ ਜਿਹੜਾ ਹੋਊਗਾ ਨਾ ਉਹ ਆਪਣੀਆਂ ਅੱਖਾਂ ਦੇ ਸਾਹਮਣੇ ਵੇਖਾਂਗੇ ਸਾਰ ਸੋ ਤੁਹਾਨੂੰ ਨਹੀਂ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਅ ਲੋਕਾਂ ਦੀਆਂ ਭਾਵਨਾਵਾਂ ਨਾਲ ਵੀ ਆਪਾਂ ਇਸ ਤਰੀਕੇ ਨਾਲ ਕਹਿ ਸਕਦੇ ਹਾਂ ਕਿ ਜਿਸ ਤਰੀਕੇ ਨਾਲ ਸਾਡਾ ਸਮਾਜ ਕੈਚ ਨਹੀਂ ਕਰ ਸਕਿਆ ਆਨਲਾਈਨ ਮਾਰਕੀਟਿੰਗ ਵਾਲਿਆਂ ਨੇ ਉਸ ਨੂੰ ਕੈਚ ਕਰ ਲਿਆ ਉਹ ਚੀਜ਼ ਨੂੰ ਕਿ ਇੱਕ ਪਹਿਲਾਂ ਕੀ ਹੁੰਦਾ ਸੀ ਜਦੋਂ ਕਿਸੇ ਦਾ ਕੋਈ ਡੈਥ ਹੁੰਦੀ ਹੈ ਤਾਂ ਉਹਦੇ ਸਮਾਜ ਆਸ ਪੜੋਸ ਸਭ ਤੋਂ ਪਹਿਲਾਂ ਪੜੋਸੀ ਉਸ ਤੋਂ ਬਾਅਦ ਰਿਸ਼ਤੇਦਾਰ ਉਸ ਤੋਂ ਬਾਅਦ ਪਹੁੰਚਦੇ ਨੇ ਪਰ ਅੱਜ ਦੇ ਕੱਲ ਦੇ ਟਾਈਮ ਲੋਕ ਇਸ ਦੀ ਪੱਖ ਦੇ ਵਿੱਚ ਵੀ ਨੇ ਬਹੁਤ ਸਾਰੇ ਉਹਨਾਂ ਲਈ ਤੁਸੀਂ ਕੀ ਕਹੋਗੇ ਪੱਖ ਵਾਲੇ ਲੋਕ ਜਿਹੜੇ ਹੈਗੇ ਨੇ ਉਹ ਸ਼ਾਇਦ ਉਹ ਲੋਕ ਹੋਣਗੇ ਜਿਨ੍ਹਾਂ ਦੀ ਅਜੇ ਤੱਕ ਸੋਚ ਨਹੀਂ ਡਿਵੈਲਪ ਹੋਈ ਜਾਂ ਫਿਰ ਉਹ ਲੋਕ ਹੋ ਸਕਦੇ ਨੇ ਜਿਨ੍ਹਾਂ ਦੇ ਲਾਗ-ਪਾਸ ਕੁਝ ਅਜਿਹੀਆਂ ਦੁਕਾਨਾਂ ਨਹੀਂ ਜਿਵੇਂ ਪਹਿਲੇ ਵੀ ਮੈਂ ਗੱਲ ਕੀਤੀ ਜਿਹੜੇ ਵਿਦੇਸ਼ ਰਹਿੰਦੇ ਨੇ ਲੋਕ ਹੋ ਸਕਦਾ ਉੱਥੇ ਜਿਸ ਹਿਸਾਬ ਦੇ ਨਾਲ ਜਿਹੜੇ ਸਾਡੇ ਸਮਾਜਿਕ ਕੁਝ ਜਾਂ ਫਿਰ ਜਿਹੜੇ ਸਾਡੇ ਜਦੋਂ ਆਪਾਂ ਕੋਈ ਵੀ ਕਿਰਿਆ ਕਰਦੇ ਆ ਹਨਾ ਤਾਂ ਉਸ ਵੇਲੇ ਜੋ ਵੀ ਰਸਮਾਂ ਰੀਤੀ ਰਿਵਾਜ ਹੈਗੇ ਨੇ ਉਹ ਰੀਤੀ ਰਿਵਾਜਾਂ ਦੇ ਅਨੁਸਾਰ ਉਹ ਸਮੱਗਰੀ ਸ਼ਾਇਦ ਉਹ ਵਿਦੇਸ਼ਾਂ ਦੇ ਵਿੱਚ ਅਵੇਲੇਬਲ ਨਹੀਂ ਹੋਊਗੀ ਉਹ ਲੋਕ ਇੰਟਰਸਟ ਲੈ ਰਹੇ ਨੇ ਉਹਨਾਂ ਲੋਕਾਂ ਦਾ ਇੰਟਰਸਟ ਲੈਣਾ ਬਣਦਾ ਹੈ ਪਰ ਜਿਹੜੀ ਚੀਜ਼ ਅੱਜ ਇੰਡੀਆ ਦੇ ਵਿੱਚ ਵੀ ਵਿਕਰੀ ਹੈ ਉਸ ਦੀ ਮੈਂ ਗੱਲ ਕਰ ਰਿਹਾ ਵੀ ਇੰਡੀਆ ਦੇ ਜਿਹੜੇ ਲੋਕ ਹੈਗੇ ਨੇ ਸਭ ਕੁਝ ਹੁੰਦੇ ਹੋਏ ਵੀ ਇਸ ਦੇ ਉੱਤੇ ਕਹਿ ਰਹੇ ਨੇ ਕਿ ਸਾਨੂੰ ਚਾਹੀਦੀ ਹੈ ਤਾਂ ਉਹ ਲੋਕ ਅਜੇ ਤੱਕ ਸੋਚ ਪੱਖੋਂ ਨੈਤਿਕਤਾ ਦੇ ਪੱਖੋਂ ਸਮਾਜਿਕ ਪੱਖੋਂ ਡਿਵੈਲਪ ਨਹੀਂ ਹੋਏ ਸੋ ਆਮ ਸਾਧਨਾ ਦਾ ਤਾਂ ਠੀਕ ਹੈ ਥਲੀ ਜੀ ਕਿ ਆਨਲਾਈਨ ਮਿਲਦੀਆਂ ਨੇ ਔਰ ਸਾਰਾ ਕੁਝ ਜਾਇਜ਼ ਵੀ ਹੈ ਮਿਲਣਾ ਕੋਈ ਦੇ ਵਿੱਚ ਦੋ ਰਾਵਾਂ ਵੀ ਹੈ ਨਹੀਂ ਪਰ ਅਸੀਂ ਅੱਜਕੱਲ ਆਪਣੇ ਜ਼ਿੰਦਗੀ ਦੇ ਵਿੱਚ ਇੰਨਾ ਜ਼ਿਆਦਾ ਰੁੱਝ ਗਏ ਆ ਕਿ ਸਾਡੇ ਕੋਲ ਇੱਕ ਮੁਰਦੇ ਦਾ ਸਹੀ ਤਰੀਕੇ ਨਾਲ ਜਾਂ ਇੱਕ ਸੰਜਮ ਦੇ ਨਾਲ ਜੇ ਇੱਕ ਆਪਸੀ ਭਾਈਚਾਰਾ ਨੂੰ ਜੋੜ ਕੇ ਕੀ ਹੁੰਦਾ ਸੀ ਜਦੋਂ ਸਾਡੇ ਬਹੁਤ ਸਾਰੇ ਖੇਤਰ ਹਜੇ ਵੀ ਇਸ ਤਰ੍ਹਾਂ ਦੇ ਨੇ ਕਿ ਜਦੋਂ ਡੈਥ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਆਪਸੀ ਭਾਈਚਾਰਾ ਜੁੜਦਾ ਹੈ ਜਿਹੜੇ ਅੰਤਮ ਕਿਰਿਆ ਦੇ ਸਮਾਨ ਨੇ ਉਹ ਬਕਾਇਦਗੀ ਨਾਲ ਲਿਆ ਕੇ ਬੜੇ ਸਕੂਨ ਨਾਲ ਲਿਆ ਕੇ ਰੱਖਿਆ ਜਾਂਦਾ ਪਰ ਅੱਜ ਸਾਡਾ ਸਮਾਜ ਇਹ ਕਿੱਦ ਨੂੰ ਜਾ ਕੇ ਕਿੱਦ ਨੂੰ ਰਹੀ ਹੈ ਸਾਡੀ ਅਜ ਦੀ ਜਿਹੜੀ ਪੀੜ੍ਹੀ ਹੈ ਇਹ ਉਹੀ ਗੱਲ ਆ ਜਾਂਦੀ ਹੈ ਜੀ ਫਿਰ ਉਹੀ ਵੀ ਆਨਲਾਈਨ ਸਾਡਾ ਜਾਂ ਫਿਰ ਅਸੀਂ ਪੈਸੇ ਦੇ ਨਾਲ ਇੰਨਾ ਜੁੜ ਗਏ ਆ ਵੀ ਅਸੀਂ ਮੁਰਦਿਆਂ ਤੋਂ ਵੀ ਹੁਣ ਹੌਲੀ ਹੌਲੀ ਤਾਂ ਇਹ ਕੀ ਇਹ ਜਿਹੜੇ ਇਹ ਸਮਗਰੀ ਵੇਚ ਰਹੇ ਆ ਇਹਦਾ ਕੋਈ ਫਾਇਦਾ ਹੈਗਾ ਕਿ ਮੁਰਦੇ ਨੂੰ ਤਾਂ ਕੋਈ ਫੀਲ ਨਹੀਂ ਹੁੰਦਾ ਹੁਣ ਇਹ ਇਹ ਤਾਂ ਹੈ ਨਹੀਂ ਆ ਭਈ ਜਿਹੜੀ ਇਹਨਾਂ ਨੇ ਲੱਕੜ ਲਾਈ ਆ ਜੀ ਉਹਦੇ ਨਾਲ ਮੁਰਦੇ ਨੂੰ ਦਰਦ ਨਹੀਂ ਹੁੰਦਾ ਜੀ ਜਾਂ ਫਿਰ ਦੂਜੀ ਲੱਕੜ ਦੇ ਨਾਲ ਮੁਰਦੇ ਨੂੰ ਦਰਦ ਹੁੰਦਾ ਹੈ ਮੁਰਦਾ ਤਾਂ ਮੁਰਦਾ ਹੈ ਉਹਨੂੰ ਚਾਹੇ ਇੱਕ ਲੱਕੜ ਦੇ ਉੱਤੇ ਸੁੱਕੀ ਦੇ ਉੱਤੇ ਜਿਵੇਂ ਮਰਜੀ ਆ ਜੇ ਜਿਹੇ ਜਿਹੀ ਵੀ ਮਿਲਦੀ ਹੈਗੀ ਆ ਬਾਜ਼ਾਰੋਂ ਉਹ ਉਹਦੇ ਤੇ ਪਾ ਦਿਓ ਉਹ ਤਾਂ ਉਹੀ ਹੈਗਾ ਉਹ ਤਾਂ ਮਰ ਚੁੱਕਿਆ ਪਰ ਇਸ ਹਿਸਾਬ ਦੇ ਨਾਲ ਇਹ ਆਨਲਾਈਨ ਕਾਲ ਨੂੰ ਇਹ ਆਜੂਗਾ ਜੀ ਵੀ ਸਾਡੇ ਕੋਲ ਥਾਂ ਹੈਗੇ ਆ ਜੀ ਇਹ ਵਧੀਆ ਥਾਂ ਹੈ ਇੱਥੇ ਤੇ ਮੁਰਦਾ ਜੇ ਤੁਸੀਂ ਇਸ ਥਾਂ ਦੇ ਆ ਕੇ ਜਾਲੋਗੇ ਇਸ ਦੀ ਆਨਲਾਈਨ ਫੀਸ ਬੁਕਿੰਗ ਹੋਣੇ ਕਰਵਾਓ ਜੀ ਇਹਦੀ ਬੁਕਿੰਗ ਫੀਸ ਇੰਨੀ ਹੈ ਸੋ ਇਹ ਟ੍ਰੈਂਡ ਕੁਲ ਮਲਾ ਕੇ ਗਲਤ ਹੈਗਾ ਗਲਤ ਹੈ ਬਿਲਕੁਲ ਸੋ ਹੋਰ ਲੋਕਾਂ ਕੋਲ ਆਪਸ਼ਨ ਕੀ ਹੋਣਾ ਚਾਹੀਦਾ ਕੀ ਕਰਨਾ ਚਾਹੀਦਾ ਲੋਕਾਂ ਨੂੰ ਲੋਕਾਂ ਨੂੰ ਸਭ ਤੋਂ ਪਹਿਲਾਂ ਤਾਂ ਜੀ ਇਸ ਟ੍ਰੈਂਡ ਜਿਹੜਾ ਇਹ ਆ ਰਿਹਾ ਹੈ ਸਾਡਾ ਨਿਗਾਰ ਹੋ ਰਿਹਾ ਹੈ ਵੱਡਾ ਇਹਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ ਉਹਨਾਂ ਸਾਈਟਸ ਨੂੰ ਬੰਦ ਕਰਵਾਉਣਾ ਚਾਹੀਦਾ ਹੈ ਜਾਂ ਫਿਰ ਉਹਨਾਂ ਸਾਈਟਸ ਦੇ ਉੱਤੇ ਲੀਗਲੀ ਤੌਰ ਤੇ ਐਕਸ਼ਨ ਲੈਣਾ ਚਾਹੀਦਾ ਮੇਰੇ ਹਿਸਾਬ ਦੇ ਨਾਲ ਇਹ ਭਾਰਤ ਨੂੰ ਵੀ ਇਹਦਾ ਐਕਸ਼ਨ ਲੈਣਾ ਬਣਦਾ ਜੀ ਸਰਕਾਰਾਂ ਨੂੰ ਐਕਸ਼ਨ ਲੈਣਾ ਬਣਦਾ ਕਿਉਂਕਿ ਸਾਡੇ ਇਹਦੇ ਨਾਲ ਸਮਾਜਿਕ ਪੱਖ ਦੇ ਵਿੱਚ ਬਹੁਤ ਵੱਡਾ ਨਿਗਾਰ ਆ ਰਿਹਾ ਹੈ ਔਰ ਦੂਜਾ ਇੰਡੀਆ ਦੇ ਵਿੱਚ ਇੰਡੀਆ ਦੀਆਂ ਸਾਈਟ ਦੇ ਥਰੂ ਜੇਕਰ ਇਹ ਵਿਕਰੀ ਹੋ ਰਹੀ ਹੈ ਤਾਂ ਦੂਜੇ ਦੇਸ਼ ਦੇਖ ਰਹੇ ਆ ਸਾਡੇ ਦੇਸ਼ ਦਾ ਜਲੂਸ ਨਿਕਲਦਾ ਸੋ ਪੂਰੀ ਜਿਹੜੀ ਇਸ ਚਰਚਾ ਦੇ ਵਿੱਚ ਉਹ ਇਹੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਬੇਸ਼ੱਕ ਆਨਲਾਈਨ ਸਭ ਕੁਝ ਮੌਜੂਦ ਹੈ ਪਰ ਸਾਨੂੰ ਇਸ ਟ੍ਰੈਂਡ ਦੇ ਵਿੱਚ ਨਹੀਂ ਪੈਣਾ ਚਾਹੀਦਾ ਕਟੁਕਟ ਸਾਨੂੰ ਮੁਰਦਿਆਂ ਨੂੰ ਬਖਸ਼ ਦੇਣਾ ਚਾਹੀਦਾ ਇੱਕ ਜੋ ਸਮਾਜਿਕ ਤਾਣਾ ਬਾਣਾ ਸਾਡਾ ਚੱਲਿਆ ਆ ਰਿਹਾ ਉਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਹੁੰਦੀਆਂ ਸੀ ਕਿ ਕਈਆਂ ਦੀ ਜ਼ਿੰਮੇਵਾਰੀਆਂ ਅੰਤਮ ਸੰਸਕਾਰ ਦੇ ਹੁੰਦੀਆਂ ਸੀ ਔਰ ਬਹੁਤ ਸਾਰੇ ਬਹਿਮ ਭਲੇਖੇ ਔਰ ਜਿਹੜੇ ਲੜਾਈ ਝਗੜੇ ਹੁੰਦੇ ਸੀ ਉਹ ਜਦੋਂ-ਜਿਵੇਂ ਜਿਵੇਂ ਟਾਈਮ ਪੈਂਦਾ ਹੈ ਕਰੀਆਮਾਨ ਨੂੰ ਟਾਈਮ ਲੱਗਦਾ ਤਾਂ ਉਸ ਵੇਲੇ ਉਹ ਸੁਲਝਾ ਲਏ ਜਾਂਦੇ ਸੀ ਕੋਈ ਰੁੱਸਿਆ ਹੁੰਦਾ ਸੀ ਉਸ ਨੂੰ ਵੀ ਮਨਾ ਲਿਆ ਜਾਂਦਾ ਸੀ ਸੋ ਇਸ ਤਰ੍ਹਾਂ ਦੇ ਜਿਹੜੇ ਨਵੇਂ ਟ੍ਰੈਂਡਸ ਨੂੰ ਵੈਲਕਮ ਕਰਨਾ ਜਾਂ ਨਾ ਕਰਨਾ ਅਸੀਂ ਤੁਹਾਨੂੰ ਸਾਰੀ ਜਿਹੜੀ ਸੱਚਾਈ ਹੈਗੀ ਜਿਹੜੀ ਗੱਲ ਹੈਗੀ ਸਮਾਜਿਕ ਟਾਣੇ ਬਾਣੇ ਦੀ ਕੀਤੀ ਹੈ ਸੋ ਇਸ ਨੂੰ ਅਪਣਾਉਣਾ ਨਾ ਅਪਣਾਉਣਾ ਹੁਣ ਤੁਹਾਡੇ ਸਿਰ ਹੈ